ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਹੈਗੀ 5 ਫਰਵਰੀ ਅਤੇ ਅੱਜ ਹੈਗਾ ਪਾਪਾ ਦਾ ਬਰਥਡੇ। ਅਤੇ ਅੱਜ ਅਸੀਂ ਨਾ ਸਵੇਰੇ ਗੁਰਦੁਆਰਾ ਸਾਹਿਬ ਗਏ ਸੀਗੇ। ਉੱਥੇ ਸਾਰੇ ਲਈ ਚਾਹ ਪਾਣੀ ਦਾ ਪ੍ਰਬੰਧ ਆਪਣੇ ਵੱਲੋਂ ਸੀਗਾ ਅੱਜ ਫੈਮਿਲੀ ਵੱਲੋਂ। ਅਤੇ ਤੁਹਾਨੂੰ ਸਾਰਿਆਂ ਨੂੰ ਵੀ ਪਾਪਾ ਦੇ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਮੈਂ ਨਾ ਕੁਛ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ 'ਚ, ਅਤੇ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਸੂਬੇਦਾਰ ਸਤਿਕਾਰਯੋਗ ਭਾਈ ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਹੋਈ ਹੈ, ਦਰ ਪ੍ਰਵਾਨ ਕਰੋ। ਪ੍ਰਵਾਨ ਹੋਏ ਕੜਾਹ ਪ੍ਰਸਾਦ ਚਾਹ ਪਾਣੀ ਦੇ ਲੰਗਰ ਸੰਗਤ ਵਿੱਚ ਵਰਤਾ, ਜੋ ਜੀ ਸਕੈ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਾਪ ਜਪੈ ਸਤਿਗੁਰ ਜੀਓ, ਪਾਵਨ ਪਵਿੱਤਰ ਹੁਕਮ ਨਾਮੇ ਸੁਣਾ ਕੇ ਸੰਗਤਾਂ ਨੂੰ ਨਿਹਾਲ ਸੋਰਠ ਸਿਰ ਧੁੰਦ ਬਹੁਤ ਜ਼ਿਆਦਾ ਆ। ਅਸੀਂ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਹਾਂ। ਆਹ ਦੇਖੋ ਰਸਤੇ 'ਚ ਨਾ ਕਿਤੇ ਵੀ ਅੱਗ ਸੇਕਣ ਲੱਗ ਜਾਂਦੇ ਨੇ ਇਹ। ਇੰਨੀ ਕਿੰਨੀ ਕੁ ਠੰਡ ਆ ਬਈ ਹੈ। ਸਨੋਫਾਲ ਹੋਈ ਆ ਜਾਲਿਆਂ ਦੀ, ਦਿਖਦੇ ਹੀ ਨਹੀਂ ਇੱਥੋਂ ਪ੍ਰੋਪਰ ਬਹੁਤ ਨੇ।
ਸਵੇਰੇ ਸਵੇਰੇ ਧੁੰਦ ਬਹੁਤ ਆ ਨਾ, ਇਸ ਕਰਕੇ ਵੀਡੀਓ ਕਲੀਅਰ ਨਹੀਂ ਹੈਗੀ। ਇਹ ਨਾ ਸਭ ਪਾਪਾ ਦੇ ਲਾਸਟ ਬਰਥਡੇ ਦੀਆਂ ਫੋਟੋਆਂ ਨੇ। 2019 ਦੇ ਵਿੱਚ ਮਨਾਇਆ ਸੀਗਾ ਅਸੀਂ ਸਾਰੀ ਫੈਮਿਲੀ ਨੇ, ਅਤੇ ਉਸ ਤੋਂ ਬਾਅਦ ਬਸ ਫਿਰ ਪਾਪਾ ਚਲੇ ਗਏ ਸੀਗੇ, ਪਰ ਅਸੀਂ ਹਮੇਸ਼ਾ ਪਾਪਾ ਨੂੰ ਆਪਣੇ ਨਾਲ ਹੀ ਮਹਿਸੂਸ ਕਰਦੇ ਹਾਂ। ਅਸੀਂ ਹਰ ਸਾਲ ਸਾਰੀ ਫੈਮਿਲੀ ਇੱਕ ਦੂਸਰੇ ਦਾ ਮਤਲਬ ਘਰ ਅਸੀਂ ਬਰਥਡੇ ਸੈਲੀਬ੍ਰੇਸ਼ਨ ਕਰਦੇ ਹੀ ਹੁੰਦੇ ਸੀਗੇ, ਅਤੇ ਪਾਪਾ ਅਤੇ ਮੰਮਾ ਦਾ ਤਾਂ ਖਾਸ ਕਰ ਸਪੈਸ਼ਲ। ਉਹ ਮੇਰੇ ਮਾਸੀ ਜੀ ਨੇ, ਉਹ ਵੀ ਉਹਨਾਂ ਦੀ ਵੀ 2-3 ਸਾਲ ਪਹਿਲਾਂ ਡੈਥ ਹੋ ਗਈ ਸੀਗੀ, ਅਤੇ ਆ ਦੇਖੋ ਕਿੰਨਾ ਵਧੀਆ ਸਾਰਾ ਉਵੇਂ ਮਾਹੌਲ, ਸਭ ਕੁਛ ਉਵੇਂ ਹੀ ਆ, ਬਸ ਇੱਕ ਪਾਪਾ ਹੀ ਨਹੀਂ ਹੈਗੇ ਸਾਡੇ ਕੋਲ। ਉਦੋਂ ਪਾਪਾ 69 ਸਾਲ ਦੇ ਹੋ ਗਏ ਸੀ, ਅਤੇ 70th ਲੱਗ ਗਿਆ ਸੀਗਾ ਪਾਪਾ ਨੂੰ। ਪਾਪਾ ਹਮੇਸ਼ਾ ਕਹਿੰਦੇ ਹੁੰਦੇ ਸੀਗੇ, ਹੁਣ ਕਿਉਂਕਿ ਪਾਪਾ ਦੀ ਆਰਮੀ 'ਚ ਜਿਹੜੀ ਜੋਬ ਸੀਗੀ ਉਹ 70 ਆਰਮਡ ਰੈਜੀਮੈਂਟ ਸੀ ਨਾ, ਪਾਪਾ ਕਹਿੰਦੇ ਸੀ ਅਗਲੇ ਸਾਲ 70 ਨੰਬਰ ਕਰਕੇ ਰਹੇਗੇ, ਮਤਲਬ ਉਹ ਫੌਜ ਦਾ ਉਹ ਨਾਰਾ ਸੀਗਾ, ਅਤੇ ਕਹਿੰਦੇ ਸੀ ਅਗਲੇ ਸਾਲ ਵਧੀਆ ਸੈਲੀਬ੍ਰੇਸ਼ਨ ਕਰਾਂਗੇ ਬਰਥਡੇ ਦੀ। ਪਰ ਕੋਈ ਗੱਲ ਨਹੀਂ, ਅਸੀਂ ਹੁਣ ਵੀ ਪਾਪਾ ਦਾ ਬਰਥਡੇ ਉਵੇਂ ਹੀ ਸੈਲੀਬ੍ਰੇਟ ਕਰਦੇ ਹਾਂ, ਅਤੇ ਸਾਨੂੰ ਖੁਸ਼ੀ ਆ ਕਿ ਪਾਪਾ ਨੇ ਸਾਨੂੰ ਇੰਨਾ ਵਧੀਆ ਲਾਈਫ ਸਟਾਈਲ ਦਿੱਤਾ, ਰਹਿਣ ਲਈ ਸਾਰਾ ਕੁਛ ਬਹੁਤ ਜ਼ਿਆਦਾ ਵਧੀਆ ਸਾਨੂੰ ਪਾਪਾ ਕਰਕੇ ਗਏ ਨੇ। ਮੰਮਾ ਵੀ ਹਮੇਸ਼ਾ ਸਾਥ ਦਿੱਤਾ, ਮੰਮਾ ਨੇ ਵੀ, ਮੰਮਾ ਹੁਣ ਇਸ ਟਾਈਮ ਤਾਂ ਚਲੋ ਕੈਨੇਡਾ ਨੇ, ਉਹ ਆ ਜਾਣਗੇ, ਸਾਡਾ ਮੰਮਾ ਤੋਂ ਬਿਨਾਂ ਵੀ ਦਿਲ ਨਹੀਂ ਲੱਗਦਾ ਹੈਗਾ। ਕਿੰਨਾ ਵਧੀਆ ਲੱਗਦਾ ਨਾ ਜਦੋਂ ਸਾਰੀ ਫੈਮਿਲੀ ਇਕੱਠੇ ਸੀ। ਇਹ ਸਾਰੀਆਂ ਯਾਦਾਂ ਤਾਂ ਅਜੇ ਬਹੁਤ ਘੱਟ ਨੇ, ਸਾਡੇ ਕੋਲ ਤਾਂ ਬਹੁਤ ਕੁਛ ਪਿਆ ਪਾਪਾ ਦਾ। ਆਹ ਹੈਗੀ ਜਦੋਂ ਸਰਦੂਲ ਸਿਕੰਦਰ ਜੀ ਅਤੇ ਰੋਸ਼ਨ ਪ੍ਰਿੰਸ ਘਰ ਆਏ ਸੀਗੇ, ਅਤੇ ਉਹ ਹੇਮਕੁੰਡ ਸਾਹਿਬ ਦਾ ਮਾਡਲ ਦੇਖ ਕੇ ਬਹੁਤ ਖੁਸ਼ ਹੋਏ ਸੀਗੇ ਜੋ ਅਸੀਂ ਘਰ ਬਣਾਇਆ ਹੋਇਆ। ਮਾਡਲ ਦੀਆਂ ਵੀ ਵੀਡੀਓਜ਼ ਕਿਸੇ ਦਿਨ ਨਾ ਮੈਂ ਪ੍ਰੋਪਰ ਪਾਊਂਗੀ, ਅਤੇ ਉਹਨਾਂ ਨੇ ਇੱਥੇ ਸਾਨੂੰ ਬਹੁਤ ਪ੍ਰੇਜ਼ ਕੀਤਾ ਸਾਰਿਆਂ ਨੇ। ਸਰਦੂਲ ਸਿਕੰਦਰ ਭਾਅ ਜੀ ਨੇ ਸੌਂਗ ਵੀ ਸੁਣਾਏ ਸੀਗੇ, ਰੋਸ਼ਨ ਪ੍ਰਿੰਸ ਨੇ ਵੀ। ਇਹਨਾਂ ਦਾ ਨੇਚਰ ਬਹੁਤ ਵਧੀਆ, ਡਾਊਨ ਟੂ ਅਰਥ ਨੇ ਸਾਰੇ, ਅਤੇ ਪਾਪਾ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ। ਹੁਣ ਤਾਂ ਸਰਦੂਲ ਭਾਅ ਜੀ ਵੀ ਨਹੀਂ ਹੈਗੇ, ਪਾਪਾ ਵੀ ਨਹੀਂ ਹੈਗੇ, ਪਰ ਚਲੋ ਯਾਦਾਂ ਸਾਡੇ ਕੋਲ ਹਮੇਸ਼ਾ ਰਹਿਣਗੀਆਂ। ਆ ਅਸੀਂ ਗਏ ਸੀਗੇ ਜਲੰਧਰ ਹੰਸਰਾਜ ਭਾਅ ਜੀ ਦੇ ਘਰ, ਉਹਨਾਂ ਨੇ ਬੁਲਾਇਆ ਸੀਗਾ। ਆ ਦੇਖੋ ਇੰਨੀ ਵੱਡੀ ਫੈਮਿਲੀ ਆ, ਹੁਣ ਇਹਨਾਂ 'ਚੋਂ 5-6 ਜਾਣੇ ਬਾਹਰ ਹੀ ਨੇ। ਜਸਵਿੰਦਰ ਭੱਲਾ ਜੀ, ਮੁਹੰਮਦ ਸਦੀਕ ਜੀ, ਆਹ ਇੱਕ ਦਿਨ ਨਾ ਆਏ ਸੀਗੇ ਉੱਥੇ ਘਰ ਆਪਣੇ ਸਾਧੂ ਫਰਾਈ ਉਹਦੇ, ਮਤਲਬ ਸਮਝ ਲਓ ਜਨਵਰੀ ਦੀ ਗੱਲ ਆ, ਬਹੁਤ ਠੰਡ ਸੀਗੀ, ਅਤੇ ਫਿਰ ਪਾਪਾ ਵੀ ਉਦੋਂ ਹੈਗੇ ਸੀਗੇ। ਪਾਪਾ ਨੇ ਕਿਹਾ ਵੀ ਚਲੋ ਆਪਾਂ ਇਹਨਾਂ ਨੂੰ ਜਲ ਪਾਣੀ ਛਕਾ ਦਿੰਦੇ ਹਾਂ, ਠੰਡ ਬਹੁਤ ਆ, ਧੁੰਦ ਬਹੁਤ ਪੈ ਰਹੀ ਸੀਗੀ ਉਦੋਂ। ਫਿਰ ਇਹਨਾਂ ਨੇ ਚਲੋ ਆਪਣਾ ਗਾਇਆ ਵੀ, ਇਹਨਾਂ ਨੇ ਸ਼ਬਦ ਭਜਨ ਸੁਣਾਏ, ਫਿਰ ਪਾਪਾ ਅਤੇ ਮੋਮ ਨੇ ਇਹਨਾਂ ਨੂੰ ਚਾਹ ਪਾਣੀ ਆਪਣੇ ਹੱਥੀਂ ਪਿਲਾਇਆ, ਅਤੇ ਉਹਨਾਂ ਨੇ ਬਹੁਤ ਆਸ਼ੀਰਵਾਦ ਦਿੱਤੇ, ਸਾਰੇ ਬਹੁਤ ਖੁਸ਼ ਹੋ ਕੇ ਗਏ ਸੀਗੇ। ਮੰਮੀ ਡੈਡੀ ਨੂੰ ਹਮੇਸ਼ਾ ਸ਼ੁਰੂ ਤੋਂ ਹੀ ਇੱਦਾਂ ਹੀ ਹੁੰਦਾ ਵੀ ਕੋਈ ਘਰ ਆਵੇ, ਕੋਈ ਭੁੱਖਾ ਨਾ ਜਾਵੇ। ਇਹ ਵੀਡੀਓ ਵੀ ਸ਼ਾਇਦ 6 ਸਾਲ ਪੁਰਾਣੀ ਆ ਇਹ, ਹਾਂ 6 ਸਾਲ ਪਹਿਲਾਂ ਦੀ ਵੀਡੀਓ ਆ ਇਹ, ਜਨਵਰੀ ਦੀ। ਮੈਨੂੰ ਆਹ ਵੀਡੀਓ ਪਾਪਾ ਦੀ ਬਹੁਤ ਵਧੀਆ ਲੱਗਦੀ ਆ। ਐਕਚੁਲੀ ਜਦੋਂ ਮੈਂ ਕਾਲਜ ਪੜ੍ਹਾਉਂਦੀ ਹੁੰਦੀ ਸੀ ਨਾ, ਉਦੋਂ ਪਾਪਾ ਮੈਨੂੰ ਉੱਥੇ ਮਿਲਣ ਆਏ ਸੀਗੇ, ਅਤੇ ਪਾਪਾ 3rd ਫਲੋਰ 'ਤੇ ਸੀਗੀ ਨਾ ਕਲਾਸ, ਮਿਊਜ਼ਿਕ ਰੂਮ, ਪਾਪਾ ਥੱਕ ਗਏ ਸੀਗੇ। ਕੌਣ ਨੇ ਕੌਣ ਨੇ? ਚਲੋ ਅੰਦਰ ਅੰਦਰ ਇੱਕ ਵਾਰ।
ਇਸਨੂੰ ਤੁਸੀਂ ਕਿੱਥੋਂ ਆਏ ਹੋ? ਇਹ ਵੀਡੀਓ ਹੈਗੀ ਮਹਿਤਿਆਣਾ ਸਾਹਿਬ ਦੀ। ਅਸੀਂ ਉੱਥੇ ਪਾਪਾ ਨਾਲ ਗਏ ਸੀ ਮੱਥਾ ਟੇਕਣ। ਇਹ ਵੀ ਹੋ ਗਏ ਨੂੰ ਵੀਡੀਓ ਨੂੰ ਸ਼ਾਇਦ 6-7 ਸਾਲ ਹੋ ਗਏ ਨੇ, ਪਰ ਯਾਦਾਂ ਸਾਡੇ ਕੋਲ ਹਜੇ ਬਹੁਤ ਪਈਆਂ ਨੇ। ਇਹ ਤਾਂ 5% ਵੀ ਨਹੀਂ ਹੈਗੀਆਂ, ਇਹ ਤਾਂ ਬਹੁਤ ਜ਼ਿਆਦਾ ਨੇ ਯਾਦਾਂ ਤਾਂ ਸਾਡੇ ਕੋਲ ਪਾਪਾ ਦੀਆਂ।